ਹਾਂਜੀ ਬਾਈ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਆਪਣੇ ਚੈਨਲ ਪੰਜਾਬੀ ਇਨ ਹੰਗਰੀ ਤੇ ਤੇ ਆਪਾਂ ਬਾਈ ਜੀ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਸਪੇਨ ਬਾਰੇ। ਸਪੇਨ ਦੀ ਹੁਣੇ-ਹੁਣੇ ਖਬਰ ਆ ਰਹੀ ਆ ਵੀ ਸਪੇਨ 'ਚ ਪੇਪਰ ਖੁੱਲ ਚੁੱਕੇ ਨੇ ਜਿਹੜੇ ਕਾਫੀ ਚਿਰ ਤੋਂ ਕਹਿ ਰਹੀ ਸੀ ਗਵਰਨਮੈਂਟ ਵੀ ਖੋਲਾਂਗੇ ਤੇ ਉਹ ਕਿਵੇਂ ਖੋਲਣੇ ਆ ਉਹਦੇ ਬਾਰੇ ਦੱਸਦੇ ਆ। ਤੇ ਸਾਰੇ ਜਾਣੇ ਪੂਰੀ ਦੇਖ ਲਿਓ ਵੀਡੀਓ ਤੇ ਆਓ ਸ਼ੁਰੂ ਕਰਦੇ ਆਂ। ਤੇ ਸਪੇਨ ਵਿੱਚ ਜਿਹੜਾ ਜੀ ਕਾਫੀ ਚ ਟਾਈਮ ਤੋਂ ਰੋਲਾ ਪੈ ਰਿਹਾ ਸੀ ਕਿ ਪੇਪਰ ਖੁੱਲਣਗੇ। ਹੁਣ ਗਵਰਨਮੈਂਟ ਨੇ ਮੰਗਲਵਾਰ ਨੂੰ ਖੋਲ ਦਿੱਤੇ ਨੇ। ਉਹਨਾਂ ਨੇ ਲਾਨ ਕਰ ਦਿੱਤਾ ਵਾ ਵੀ ਜਿਹੜਾ ਵੀ 2 ਸਾਲਾਂ ਤੋਂ ਅਨਲੀਗਲ ਤੌਰ ਤੇ ਵੀ ਜਿਹੜਾ ਰਹਿ ਰਿਹਾ ਸੀ ਸਪੇਨ ਦੇ ਵਿੱਚ ਜੇ ਉਹ ਸਾਬਤ ਕਰ ਦਿੰਦਾ ਵਾ ਤਾਂ ਉਹਨਾਂ ਨੂੰ ਹੁਣ ਰੈਜ਼ਿਡੈਂਸੀ ਪਰਮਿਟ ਮਿਲ ਜਾਣਗੇ ਵੀ ਉੱਥੇ ਰਹਿਣ ਲਈ ਕਾਰਡ ਆ ਜਿਹੜਾ ਬਣਦਾ ਹੁੰਦਾ ਉਹ ਬਣੂਗਾ ਉਹ ਬਣਾ ਸਕਦੇ ਨੇ ਹੁਣ ਤੇ ਮਤਲਬ ਜਿਹੜਾ ਸਾਬਤ ਕਰ ਸਕਦਾ ਵੀ ਅਸੀਂ ਪਿਛਲੇ 2 ਸਾਲਾਂ ਤੋਂ ਸਪੇਨ ਦੇ ਵਿੱਚ ਰਹਿ ਰਹੇ ਹਾਂ ਚੋਰੀ ਰਹਿ ਰਹੇ ਹਾਂ ਚਾਹੇ ਜਿਵੇਂ ਮਰਜ਼ੀ ਰਹਿ ਰਹੇ ਹਾਂ ਜੇ ਤੁਸੀਂ 6 ਮਹੀਨੇ ਕੰਮ ਕੀਤਾ ਹੋਇਆ ਹੈ ਸਪੇਨ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਤਾਂ ਵੀ ਤੁਸੀਂ ਕਾਗਜ ਲੈ ਸਕਦੇ ਹੋ ਮਤਲਬ ਤੁਹਾਨੂੰ 6 ਮਹੀਨੇ ਦਾ ਪ੍ਰੂਫ ਦਿਖਾਉਣਾ ਪਵੇਗਾ ਵੀ ਹਾਂ ਅਸੀਂ ਸਪੇਨ ਵਿੱਚ ਕੰਮ ਕੀਤਾ ਵਾ 6 ਮਹੀਨੇ ਤੇ ਤੁਸੀਂ ਉੱਥੇ ਦੇ ਕਾਗਜ ਲੈ ਸਕਦੇ ਹੋ ਤੇ ਸਟੂਡੈਂਟਾਂ ਲਈ ਵੀ ਉਹਨਾਂ ਨੇ ਕਾਫੀ ਐਲਾਨ ਕਰਿਆ ਵਾ ਸਟੂਡੈਂਟ ਜਿਹੜੇ ਉੱਥੇ ਅੱਗੇ ਰਹਿੰਦੇ ਹੁੰਦੇ ਸੀ ਸਪੇਨ ਦੇ ਵਿੱਚ ਉਹਨਾਂ ਨੂੰ 3 ਸਾਲ ਦਾ ਇੰਤਜ਼ਾਰ ਕਰਨਾ ਪੈਂਦਾ ਸੀ ਹਨਾ ਕੰਮ ਕਰਨ ਲਈ ਕੰਮ ਥੋੜਾ ਕਰ ਪਾਉਂਦੇ ਸੀ ਉਹ ਤੇ ਹੁਣ ਉਹ 30 ਘੰਟੇ ਕੰਮ ਕਰ ਸਕਦੇ ਨੇ ਇੱਕ ਹਫਤੇ ਦੇ ਵਿੱਚ ਮਤਲਬ ਤੇ ਈ ਘੰਟੇ ਕੰਮ ਕਰ ਸਕਦੇ ਨੇ ਤੇ ਉਹਨਾਂ ਨੇ ਕਾਫੀ ਯਾਨੀ ਸੌਖੇ ਬਣਾ ਦਿੱਤੇ ਨੇ ਉੱਥੇ ਦੇ ਕਾਨੂੰਨ ਜਿਹੜੇ ਮਤਲਬ ਪੁਰਤਗਾਲ ਵਾਂਗੂ ਕਹਿ ਲਓ ਇੱਕ ਜਿਵੇਂ ਪੁਰਤਗਾਲ 2 ਸਾਲਾਂ ਬਾਅਦ ਪੇਪਰ ਦੇ ਦਿੰਦਾ ਸੀ ਹੁਣ ਸਪੇਨ ਨੇ ਵੀ ਉਵੇਂ ਹੀ ਕਰ ਦਿੱਤਾ ਵਾ ਵੀ ਤੁਸੀਂ 2 ਸਾਲ ਦੇ ਵਿੱਚ ਪੇਪਰ ਲੈ ਸਕਦੇ ਹੋ ਅੱਗੇ ਉਹ ਕਿਵੇਂ ਐਲਾਨ ਕਰਦੇ ਨੇ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰ ਦਾਂਗੇ ਤੇ ਹੁਣ ਤਾਂ ਯਾਨੀ ਉਹਨਾਂ ਨੇ ਐਲਾਨ ਕਰਿਆ ਵਾ ਵੀ ਜਿਹੜਾ ਵੀ 2 ਸਾਲਾਂ ਤੋਂ ਚੋਰੀ ਸਪੇਨ ਦੇ ਵਿੱਚ ਰਹਿ ਰਿਹਾ ਸੀ ਉਹ ਹੁਣ ਆਪਣੇ ਪੇਪਰ ਲੈ ਸਕਦਾ ਵਾ ਮਤਲਬ ਉੱਥੇ ਕਹਿ ਸਕਦਾ ਵੀ ਮੈਂ ਪੇਪਰ ਲੈਣੇ ਨੇ ਤੇ ਆਪਣੇ ਰਹਿਸ਼ ਰਹਿਸ਼ ਵਗੈਰਾ ਸਭ ਕੁਝ ਮਿਲੂਗਾ ਤੇ ਫੈਮਿਲੀ ਨੂੰ ਵੀ ਬੁਲਾ ਸਕਦਾ ਉਹ ਤੋਂ ਬਾਅਦ ਦੀਆਂ ਗੱਲਾਂ ਨੇ ਚਲੋ ਤਾਂ ਮਤਲਬ ਸਟੂਡੈਂਟਾਂ ਤੇ ਵਰਕਰਾਂ ਲਈ ਉਹਨਾਂ ਨੇ ਐਲਾਨ ਕਰ ਦਿੱਤਾ ਵਾ ਸਾਰਿਆਂ ਦੇ ਨਾਲ ਵੀਡੀਓ ਸ਼ੇਅਰ ਕਰ ਦਿਓ ਤੇ ਹੋਰ ਵੀ ਜਮੇ ਕੋਈ ਅਪਡੇਟ ਆਉਂਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਚਲੋ ਠੀਕ ਆ ਜੀ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ